ਇਹ ਕਿਤਨੇ ਸਾਲ ਪੁਰਾਣੀ ਹੋ ਸੀ? ਤਕਰੀਬਨ 80 ਸਾਲ ਪੁਰਾਣੀ। 80 ਸਾਲ ਪੁਰਾਣੀ ਘੜੀ, ਮਾਸ਼ਾਅੱਲਾ। ਅਜਾ ਇੱਥੇ ਰੱਖੀ ਵੀ ਨੇ ਹੈ ਜੀ, ਇਤਨਾ ਬੜਾ ਬਾਜ਼ਾਰ ਹੈ। ਕੀ ਹਾਲ ਹੈ ਚਾਚਾ? ਠੀਕ ਹੋ? ਸਹਿ ਠੀਕ ਹੈ। ਔਰ ਇੱਥੇ ਕੰਮ ਕਰਨੇ ਹੋ? 30 ਸਾਲ ਹੋ ਗਏ। 30 ਸਾਲ, ਠੀਕ ਹੈ। ਤੋ ਇਹ ਏਸ਼ੀਆ ਕਾ ਸਭ ਸੇ, ਹਮਨੇ ਸੁਨਾ, ਸਭ ਸੇ ਬੜਾ ਬਾਜ਼ਾਰ ਹੈ। 25 ਕਿਲੋਮੀਟਰ ਹੈ। ਰਾਵਲਪਿੰਡੀ ਚ ਮੌਜੂਦ ਹਾਂ ਔਰ 22 ਨੰਬਰ ਚੁੰਗੀ। ਜੈਸਾ ਕਿ ਇਸ ਤਰਫ ਤੱਕਣੇ ਹੋ ਪਏ, ਇੱਧਰ ਵੀ ਤੱਕੋ, ਇੱਧਰ ਵੀ ਤੱਕੋ, ਜਨਾਬ ਚੌਕ ਅਛਣਾ ਹੈ। ਤਾਂ ਇਸ ਚੌਕ ਦੇ ਬਾਰੇ ਤੁਸੀਂ ਦੱਸਾਂ, 22 ਨੰਬਰ ਇਸ ਕੀ ਆਉਣੇ ਔਰ ਏਸ਼ੀਆ ਦਾ ਸਭ ਤੋਂ ਬੜਾ ਬਾਜ਼ਾਰ। ਅੱਜ ਤੱਕ ਵਿਜ਼ਿਟ ਕਰਾਸਾਂ ਏਸ਼ੀਆ ਦੀ ਤਾਰੀਖ ਨਾਲ ਸਭ ਤੋਂ ਬੜਾ ਬਾਜ਼ਾਰ ਜਨਾਬ ਉਹ ਹੈ ਟ੍ਰੈਂਚ ਵਾਲੀ ਸਾਈਡ ਰਾਵਲਪਿੰਡੀ। ਉੱਥੋਂ ਕਿ ਜਨਾਬ ਇਨਸ਼ਾਅੱਲਾ ਵਿਜ਼ਿਟ ਕਰਾਉਣੇ ਆ। ਅੱਲਾਹ ਤਾਲਾ ਖੈਰ ਕਰਿਆ, ਕੋਸ਼ਿਸ਼ ਕਰਨਾ। ਮੌਸਮ ਇੰਤਹਾਈ ਪਿਆਰਾ ਹੋ ਚੁੱਕਿਆ ਹੋਇਆ ਅਤੇ ਅੱਗੇ ਅੱਗੇ ਬਾਰਿਸ਼ ਵੀ ਸਟਾਰਟ ਹੋ ਚੁੱਕੀ ਹੈ। ਤਾਂ ਚਲੋ ਅੱਲਾਹ ਖੈਰ ਕਰਿਆ, ਨਾ ਰਿਹਾ, ਜੁੜੇ ਰਿਹਾ ਔਰ ਇਨਸ਼ਾਅੱਲਾ ਬੜੀ ਤਾਰੀਖੀ ਜਗ੍ਹਾ ਤੁਸੀਂ ਦੱਸਾਂ, ਏਸ਼ੀਆ ਦਾ ਸਭ ਤੋਂ ਬੜਾ ਬਾਜ਼ਾਰ। ਇਸ ਲਈ ਜਨਾਬ ਅਸਾਂ ਇੰਟਰ ਹੋ ਚੁੱਕੇ ਹਾਂ ਏਸ਼ੀਆ ਦਾ ਸਭ ਤੋਂ ਬੜਾ ਬਾਜ਼ਾਰ, ਬੜਾ ਬਿਜ਼ੀ ਬਾਜ਼ਾਰ ਹੈ। ਇੱਧਰ ਸਬਜ਼ੀਆਂ ਦੀਆਂ ਦੁਕਾਨਾਂ ਸ਼ਕਾਨਾਂ ਵੀ ਬਣੀਆਂ ਹਨ ਬਿਹਤਰੀਨ, ਹਰ ਤਰਫ ਜਨਾਬ ਗੇਮਾਂ ਗੇਮੀ ਰਸ਼। ਕਿਆ ਬਾਤ ਹੈ ਜਨਾਬ, ਇੰਟਰ ਹੋ ਚੁੱਕੇ ਹਾਂ, ਹੁਣ ਅੱਗੇ ਜੁਲਨੇ ਹਾਂ, ਤੱਕਣੇ ਹਾਂ। ਇਸ ਤਰ੍ਹਾਂ ਜਨਾਬ ਅਸਾਂ ਕਿ ਇੱਕ ਬਜ਼ੁਰਗ ਮਿਲੇ, ਮਾਸ਼ਾਅੱਲਾ ਮਾਸ਼ਾਅੱਲਾ। ਇਹ ਤੁਸੀਂ ਘੜੀਆਂ ਨਾਲ ਕੰਮ ਕਰਨੇ ਹੋ? ਇਹ ਪੁਰਾਣੀਆਂ ਪੁਰਾਣੀਆਂ ਘੜੀਆਂ ਹੈ ਜੀ, ਇਹ ਵੀ ਬਹੁਤ ਪੁਰਾਣੀਆਂ ਹੋ ਸਨ ਤਾਰੀਖੀ। ਮਾਸ਼ਾਅੱਲਾ, ਇਹ ਤਾਂ ਕੋਈ ਜਨਾਬ, ਇਹ ਘੜੀ ਕਿਤੇ ਪੁਰਾਣੀ ਹੋ ਸੀ? ਤੁਸਾਂ ਕੋਲ ਸਭ ਤੋਂ ਪੁਰਾਣੀ ਕਿਹੜੀ ਹੈ? ਇਹ ਕਿਤਨੇ ਸਾਲ ਪੁਰਾਣੀ ਹੋ ਸੀ? ਤਕਰੀਬਨ 80 ਸਾਲ ਪੁਰਾਣੀ। 80 ਸਾਲ ਪੁਰਾਣੀ ਘੜੀ, ਮਾਸ਼ਾਅੱਲਾ। ਅਜੇ ਇੱਥੇ ਰੱਖੀ ਵੀ ਨੇ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤਾਂ ਜਨਾਬ ਨੇ ਕਿਹਾ ਨਾ ਤਾਂ ਕਿੱਥੇ ਨੇ ਰਹਿਣੇ ਲੈਣ? ਕਾਜੀ ਖਾਲ, ਮੈਂ ਟੈਂਸ਼ਨ ਨਾ ਰਹਿਣਾ, ਪਤਾ ਕਿੱਥੇ ਜੀ ਹੈ। ਠੀਕ ਹੈ, ਤਾਂ ਇਹ ਮੈਨੂੰ ਦੱਸੋ ਕਿ ਇਹ ਜਿਹੜਾ ਬਾਜ਼ਾਰ ਹੈ, ਇਹ ਅਸਾਂ ਸੁਣਿਆ ਏਸ਼ੀਆ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਔਰ ਬੜਾ। ਕਿਸੇ ਵਕਤ ਨਹੀਂ ਗੱਲ ਹੈ। ਅੱਛਾ, ਹੁਣ ਬੜਾ ਨਹੀਂ ਗਿਆ। ਅੱਛਾ, ਹੁਣ ਮੈਂ ਇਸ ਵਿੱਚ ਬੜੇ ਬੜੇ ਦੇਖੇ, ਲੇਕਿਨ ਇਹ ਬਾਜ਼ਾਰ ਬੜਾ ਹੀ ਹੈ ਏਸ਼ੀਆ ਦਾ, ਲੇਕਿਨ ਉਹ ਸਭ ਤੋਂ ਬੜਾ ਨਹੀਂ ਗਿਆ। ਸਭ ਤੋਂ ਬੜੇ ਹੋਰ ਬਾਜ਼ਾਰ ਦੇ ਤਾਰੀਖੀ ਬਾਜ਼ਾਰ ਹੈ ਬੜਾ, ਮਤਲਬ ਉਸ ਲਿਹਾਜ਼ ਤਾਰੀਖੀ ਚ ਨਹੀਂ, ਪਾਕਿਸਤਾਨ ਬਣਨੇ ਤੋਂ ਬਾਅਦ ਬਣਦਾ ਹੈ ਸਾਰਾ। ਅੱਛਾ, ਕਿਉਂਕਿ ਮੇਰੀ ਪੈਦਾਇਸ਼ ਪਾਕਿਸਤਾਨ ਬਣਨੇ ਤੋਂ ਬਾਅਦ ਹੋਈ, ਸੜਕ ਕੱਚੀ ਹੋਣੀ, ਬਿਜਲੀ ਕੋਈ ਨਹੀਂ ਸੀ ਆਉਣੀ, ਇੱਕ ਦੁਕਾਨ ਹੋਣੀ ਸੀ ਮੀਨਾਰ ਵਾਲੀ ਮਸਜਿਦ ਨਾਲ ਬੋਲੀ। ਠੀਕ ਹੈ, ਅਸਾਂ ਉੱਥੋਂ ਸੌਦਾ ਆਉਣੇ ਸਾਂ, ਅਗਰ ਉੱਥੋਂ ਨਾ ਮਿਲਿਆ ਤਾਂ ਫਿਰ ਲੜਕੁੱਟੀ ਜਾਣੇ ਸਾਂ। ਅੱਛਾ, ਹਾਂ, ਮਾਸ਼ਾਅੱਲਾ, ਬੜੀ ਤਾਰੀਖ ਹੈ। ਫਿਰ ਇਹ ਆਸਤੇ ਆਸਤੇ ਤਕਰੀਬਨ 70 ਤੋਂ ਬਾਅਦ, 78-70 ਤੋਂ ਬਾਅਦ ਬਾਜ਼ਾਰ ਜਿਹੜਾ ਹੈ ਕਾਇਮ ਹੋਇਆ, ਆਸਤੇ 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 ਕਰਨਾ ਕਰਨਾ ਹੁਣ ਵਸੀ ਹੋ ਗਿਆ। ਵਸੀ ਹੋ ਗਿਆ, ਇੱਥੇ ਜ਼ਰੂਰਤ ਹਰ ਚੀਜ਼ ਮਿਲ ਜਾਣੀ ਹੈ, ਤਕਰੀਬਨ ਹਰ ਚੀਜ਼। ਠੀਕ ਹੈ, ਤੁਹਾਡਾ ਕੰਮ ਸ਼ਾਮ ਠੀਕ ਜਾਈਦਾ? ਅੱਲਾ ਨਾ ਸ਼ੁਕਰ ਹੈ, ਬੜੀ ਮਿਹਰਬਾਨੀ ਜਨਾਬ, ਤੁਹਾਨੂੰ ਟਾਈਮ ਦਿੱਤਾ। ਕਿਹੜੀ ਟੀਵੀ? ਇਹ ਅਸਾਂ ਦਾ ਵਲੌਗ ਹੈ, ਵਿਕਾਸ ਹੋਰੀ ਵਲੌਗ, ਯੂਟਿਊਬ ਉੱਪਰ। ਅੱਲਾ ਖੁਸ਼ ਰੱਖਿਆ ਜੀ, ਇਨਸ਼ਾਅੱਲਾ ਮੁਲਾਕਾਤ ਹੋ ਸੀ, ਜਜ਼ਾਕ ਅੱਲਾ। ਤੱਕ ਸਕਦੇ ਜੀ, ਪੁਰਾਣੀ ਘੜੀ ਮੈਨੂੰ ਬੜੀ ਪਸੰਦ ਆਈ ਹੈ, ਇਸਦਾ ਨਾਮ ਹੈ BI ਬਿਗ ਬੈਨ। ਬਿਗ ਬੈਨ, ਕਿਆ ਬਾਤ ਹੈ ਜੀ, ਬਿਗ ਬੈਨ, ਜ਼ਬਰਦਸਤ। ਨਾਜ਼ਰੀਨ, ਜੂ ਜੂ ਅਸਾਂ ਅੱਗੇ ਜਾਣੇ ਹਾਂ, ਅਸਾਂ ਕਿਤੇ ਇਸ ਬਾਜ਼ਾਰ ਵਿੱਚ ਬਹੁਤ ਸਾਰੀਆਂ ਅਨੋਖੀਆਂ ਅਨੋਖੀਆਂ ਚੀਜ਼ਾਂ ਮਿਲੀਆਂ ਹਨ। ਇਹ ਤੱਕ ਸਕਦੇ ਹੋ, ਚਾਚਾ ਵੀ ਬੈਠੇ ਹੋਏ ਉੱਪਰ, ਇਹ ਵੀ ਲੱਗਣਾ ਕੋਈ ਬਹੁਤ ਪੁਰਾਣੇ, ਇਹ ਹਜ਼ਰਾਤ ਵੀ ਬੈਠੇ। ਏਸ਼ੀਆ ਨਾਲ ਸਭ ਤੋਂ ਬੜਾ ਬਾਜ਼ਾਰ, ਮਾਸ਼ਾਅੱਲਾ। ਸਨ 89 ਮੈਂ, ਠੀਕ ਹੈ, ਆਪ ਯਹੀਂ ਪੇ ਕਾਮ ਕਰਤੇ? 30 ਸਾਲ ਹੋ ਗਏ। 30 ਸਾਲ, ਠੀਕ ਹੈ। ਤੋ ਯੇ ਏਸ਼ੀਆ ਕਾ ਸਭ ਸੇ, ਹਮਨੇ ਸੁਨਾ, ਸਭ ਸੇ ਬੜਾ ਬਾਜ਼ਾਰ ਹੈ। 25 ਕਿਲੋਮੀਟਰ ਹੈ। 25 ਕਿਲੋਮੀਟਰ, ਉਸਕੇ ਬਾਅਦ ਕੇ ਬਾਅਦ ਅੱਗੇ ਪਿਪਲ ਨੂੰ ਨਹੀਂ ਆ ਜਾਂਦੀ ਹੈ, ਉਹ ਵੀ ਬੜਾ ਬਾਜ਼ਾਰ ਹੈ। ਠੀਕ ਹੈ, ਤੋ ਯਹਾਂ ਪੇ ਜ਼ਰੂਰਤ ਜ਼ਿੰਦਗੀ ਕੀ ਸਾਰੀ ਚੀਜ਼ਾਂ ਮਿਲਤੀ ਹੈਂ। ਹਰ ਚੀਜ਼ ਹੈ। ਠੀਕ ਹੈ, ਤੋ ਕੈਸਾ ਯਹਾਂ ਪੇ ਕਾਰੋਬਾਰ? ਕਾਰੋਬਾਰ ਤੋ ਮੁਲਕ ਬਰਾਬਰ ਹੀ ਹੈ ਨਾ। ਠੀਕ ਹੈ, ਕਾਰੋਬਾਰ ਤੋ ਬਹੁਤ ਥਾ ਜੀ। ਠੀਕ ਹੈ, ਮੁਸ਼ਰਮ ਦੌਰ ਮੇਂ ਹੈ, ਪੇਪਰ ਪਾਲੀ ਕੇ ਪਹਿਲੇ ਦੌਰ ਮੇਂ, ਜੀ ਜੀ, ਮਾਸ਼ੀ ਦੌਰ ਮੇਂ। ਅੱਛਾ ਥਾ ਪਹਿਲੇ? ਹਾਂ, ਔਰ ਜਬ ਸੇ ਯੇ ਮਰਾਨ ਹੋਇਆ ਹੈ ਉਸਕੇ ਬਾਅਦ ਠੱਪ ਹੋ ਗਿਆ, ਕੰਮ ਹੁੰਦਾ ਗਿਆ। ਚਲੇ, ਅੱਲਾ ਤਾਲਾ ਆਪਕੇ ਕਾਰੋਬਾਰ ਮੇਂ ਬਰਕਤ ਡਾਲੇ। ਤੋ ਆਪਕਾ ਕਿਆ ਨਾਮ ਹੈ? ਮੁਹੰਮਦ ਆਸਫ। ਆਸਫ ਸਾਹਿਬ, ਆਸਫ ਸਾਹਿਬ ਜਨਾਬ ਸੇ ਮਿਲੇ।
ਉਹਨਾਂ ਵੀ ਅਸਲ ਕੀ ਦੱਸਿਆ ਬਾਜ਼ਾਰ ਨੇ ਬਾਜ਼ਾਰ ਅੱਗੇ ਜੁੜਨੇ ਆ ਤਾਂ ਮਜ਼ੀਦ ਤੱਕਣੇ ਹੋ ਕਿਆ ਕੁਛ ਸੋਚਿਆ ਜੀ ਜੇ ਭਾਈ ਹਮਾਰੇ ਪਾਸ ਖੜੇ ਹੈ ਜੀ ਜੇ ਵੀ ਯਹਾਂ ਕੇ ਰਹਿਣੇ ਵਾਲੇ ਹੈ ਔਰ ਪ੍ਰੋਪਰ ਯਹਾਂ ਪੇ ਯੰਗਸਟਰ ਜੀ ਔਰ ਯੰਗਸਟਰ ਵੀ ਯਹਾਂ ਕੇ ਬੜੇ ਮਸ਼ਹੂਰ ਹੈ ਕੈਸੇ ਹੈ ਜਨਾਬ ਠੀਕ ਠਾਕ ਆਪ ਸੁਣਾਏ ਅਲਹਮਦੁਲਿਲਾ ਠੀਕ ਠਾਕ ਤੋ ਯੇ ਬਤਾਏ ਕਿ ਇਸ ਬਾਜ਼ਾਰ ਕੋ ਕਿਆ ਕਹਤੇ ਹੈ ਟੈਂਚ ਬਾਜ਼ਾਰ ਏਸ਼ੀਆ ਕਾ ਸਭ ਸੇ ਬੜਾ ਬਾਜ਼ਾਰ ਹੈ ਟੈਂਚ ਬਾਜ਼ਾਰ ਏਸ਼ੀਆ ਕਾ ਸਭ ਸੇ ਬੜਾ ਬਾਜ਼ਾਰ ਤੋ ਆਪ ਇਧਰ ਕੀ ਹੈ ਹਮਾਰੇ 12 ਸਾਲ ਹੋ ਗਏ ਸਾਲ ਡਰਾਈ ਫਰੂਟ ਕੀ ਦੁਕਾਨ ਡਰਾਈ ਫਰੂਟ ਕੀ ਦੁਕਾਨ ਹੈ ਕਹਿੰਦੇ ਉਹ ਵੀ ਦੇਖ ਲੈਤੇ ਹੈ ਆਪਕੀ ਡਰਾਈ ਫਰੂਟ ਕੀ ਦੁਕਾਨ ਵੀ ਮੇਰੀ ਪਦਾਇਸ਼ ਇਧਰ ਕੀ ਹੈ 20 ਸਾਲ ਔਰ 15 ਸਾਲ ਹੋ ਗਏ ਹਮਾਰੀ ਦੁਕਾਨ ਕੋ ਸਾਹਮਣੇ ਚਲ ਪਈ ਹੋ ਦੁਕਾਨ ਹੈ ਹਮਾਰੀ ਅੱਛਾ ਤੋ ਕਾਮ ਸ਼ਾਮ ਠੀਕ ਹੈ ਅਲਹਮਦੁਲਿਲਾ ਜ਼ਬਰਦਸਤ ਹੈ ਕਾਮ ਯਹਾਂ ਪਰ ਖਤਮ ਹੀ ਨਹੀਂ ਹੋਤਾ ਇਤਨਾ ਕਾਮ ਹੈ ਮਾਸ਼ਾ ਅੱਲਾਹ ਹਰ ਟਾਈਮ ਰੌਣਕ ਮਿਲੇ ਰਾਤ ਕੇ 2 ਵਜੇ ਵੀ ਆਏਗਾ ਆਪਕੋ ਕੋਈ ਨਾ ਕੋਈ ਬੰਦਾ ਨਜ਼ਰ ਆਏਗਾ ਠੀਕ ਹੈ ਬਸ ਇਹ ਹੈ ਕਿ ਜੀ ਦੇਖੀਏ ਤਾਰੀਖ ਹੈ ਹਮਾਰੇ ਪਾਕਿਸਤਾਨ ਕੀ ਕਿ ਏਸ਼ੀਆ ਕਾ ਸਭ ਸੇ ਜੋ ਬੜਾ ਬਾਜ਼ਾਰ ਹੈ ਤੋ ਚਲੇ ਆ ਗਿਆ ਆਪਕੀ ਦੁਕਾਨ ਦੇਖਤੇ ਹੈ ਨਾ ਬਾਈ ਜੀ ਨੇ ਬਤਾਇਆ ਤਾਂ ਅਸਲਾਮ ਅਲੈਕਮ ਜੀ ਕੈਸੇ ਹੈ ਠੀਕ ਹੈ ਸਰ ਜੀ ਸੇ ਠੀਕ ਹੈ ਆਪਕੀ ਏਸ਼ੀਆ ਕੀ ਸਭ ਸੇ ਬੜੀ ਮਾਰਕੀਟ ਮੈਂ ਇਹ ਇਨਕੀ ਡਰਾਈ ਫਰੂਟ ਕੀ ਦੁਕਾਨ ਹੈ ਤੋ ਜੀ ਅਜਵਾ ਖਜੂਰ ਵੀ ਮਿਲ ਰਹੀ ਹੈ ਆਪਕੇ ਪਾਸ ਖਤਮ ਹੋ ਗਈ ਹੈ ਅੱਛਾ ਜਬ ਹਮ ਆਏ ਤੋ ਖਤਮ ਹੋ ਗਈ ਹੈ ਚਲੇ ਤੋ ਕੈਸਾ ਚੱਲ ਰਿਹਾ ਕੰਮ ਧੰਦਾ ਜ਼ਬਰਦਸਤ ਜੀ ਇਹ ਡਰਾਈ ਫਰੂਟ ਦੇਖੇ ਜੀ ਬਹੁਤ ਪਿਆਰਾ ਪਿਆਰਾ ਇਹ ਦੇਖੇ ਹਰ ਚੀਜ਼ ਇਨਕੇ ਨਾਮ ਇਨਕੇ ਨਾਮ ਵੀ ਕੁਛ ਕੁਛ ਬਤਾਏ ਨਾ ਜੀ ਕਿਆ ਕਿਆ ਇਹ ਪਿਸਤਾ ਪੜਾ ਹੈ ਠੀਕ ਹੈ ਕਾਜੂ ਪੜਾ ਹੈ ਅਖਰੋਟ ਪੜਾ ਹੈ ਠੀਕ ਹੈ ਤੋ ਇਹ ਮੰਗਵਾਤੇ ਕਹਾਂ ਸੇ ਇਹ ਹਮ ਰਾਜਾ ਬਾਜ਼ਾਰ ਸੇ ਲੇ ਗਏ ਅੱਛਾ ਰਾਜਾ ਬਾਜ਼ਾਰ ਸੇ ਇਸਕੀ ਪੈਦਾਵਾਰ ਕਹਾਂ ਪਰ ਹੈ ਭਾਈ ਹਾਂ ਪੈਦਾਵਾਰ ਕਿੱਧਰ ਕੀ ਹੈ ਅਫਗਾਨਿਸਤਾਨ ਸੇ ਆ ਰਹਾ ਹੈ ਚਲੇ ਅੱਲਾ ਕਾਮਯਾਬ ਕਰੇ ਜੀ ਅੱਛਾ ਅੱਛਾ ਸਮਾਨ ਪੜਾ ਹੋ ਆਪਕੀ ਸ਼ੋਪ ਹੈ ਜੀ ਦੁਕਾਨ ਕਾ ਕਿਆ ਨਾਮ ਹੈ ਤੈਮੂਰ ਡਰਾਈ ਫਰੂਟ ਚਲੇ ਇਨਸ਼ਾਅੱਲਾ ਮੁਲਾਕਾਤ ਹੋ ਗਈ ਨਾਜ਼ਰੀਨ ਹਮ ਚਲਤੇ ਜਾ ਰਹੇ ਹੈ ਔਰ ਬਾਜ਼ਾਰ ਖਤਮ ਹੋਣੇ ਕਾ ਨਾਮ ਵੀ ਨਹੀਂ ਲੈ ਰਹਾ ਇਤਨਾ ਬੜਾ ਬਾਜ਼ਾਰ ਹੈ ਕਿਆ ਹਾਲ ਹੈ ਚਾਚਾ ਠੀਕ ਹੋ ਸੇ ਠੀਕ ਹੈ ਔਰ ਇੱਥੇ ਕੰਮ ਕਰਨੇ ਹੋ ਠੀਕ ਹੈ ਇਹ ਕਿੰਨਾ ਪੁਰਾਣਾ ਬਾਜ਼ਾਰ ਹੈ ਕਾਫੀ ਪੁਰਾਣਾ ਮਾੜੀ 50 ਤੋਂ ਪਹਿਲੇ ਨੇ ਪੁਰਾਣਾ ਪੁਰਾਣਾ ਏਸ਼ੀਆ ਦਾ ਸਭ ਤੋਂ ਬੜਾ ਬਾਜ਼ਾਰ ਹੈ ਇਹ ਤੁਸੀਂ ਜੁੱਤੀਆਂ ਦੀ ਦੁਕਾਨ ਹੈ ਨਹੀਂ ਸਰ ਮੈਂ ਇਸ ਬੰਦੇ ਨਾਲ ਕੰਮ ਮੈਂ ਬੈਠਾ ਅੱਛਾ ਇੱਥੇ ਕੰਮ ਕਰੇ ਚਲੋ ਅੱਲਾ ਖੈਰ ਕਰੇ ਨਾ ਰੌਣਕਾਂ ਮੇਲਾ ਲੱਗੇ ਹਨ ਜਨਾਬ ਰਸ਼ ਅੱਜ ਤਾਂ ਮੇਰਾ ਇਤਵਾਰ ਹੈ ਇਸ ਵਜ੍ਹਾ ਤੋਂ ਥੋੜ੍ਹਾ ਰਸ਼ ਘੱਟ ਹੈ ਲੇਕਿਨ ਮਾਸ਼ਾ ਅੱਲਾ ਹਰ ਤਰਫ ਰੌਣਕਾਂ ਹੀ ਰੌਣਕਾਂ ਇਸ ਤਰ੍ਹਾਂ ਜਨਾਬ ਮੈਂ ਕੀ ਚਾਹੀਦੀਆਂ ਸਨ ਇਹ ਜਿਹੜੇ ਰੂਮ ਕੂਲਰਸ ਨੇ ਜਿਹੜੇ ਖਸਾਂ ਸ਼ਸਾਂ ਹੋਣੀਆਂ ਇਹ ਉੱਧਰੋਂ ਨਹੀਂ ਲੱਭਣੀਆਂ ਤਾਂ ਇੱਥੇ ਪਤਾ ਲੱਗੀਆਂ ਲੱਭੀ ਜਾਣੀਆਂ ਤਾਂ ਕਿ ਬਜ਼ੁਰਗ ਖਲਤੇ ਉਹਨਾਂ ਨੂੰ ਪਤਾ ਕਰਨਾ ਹੈ ਤਾਂ ਕੋਈ ਇੱਧਰ ਕੂਲਰਾਂ ਦੀਆਂ ਦੁਕਾਨਾਂ ਵੀ ਹੈ ਇੱਥੇ ਮੌਜੂਦ ਤਾਂ ਉਹ ਮਿਲਣ ਤਾਂ ਜਨਾਬ ਉਹਨਾਂ ਕੋਲੋਂ ਪੁੱਛਣੇ ਆ ਚਾਚੂ ਇਹ ਕੂਲਰ ਹੈ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਕੋਈ ਲੜਨਾ ਏਸ਼ੀਆ 'ਚ ਤੁਸਾਂ ਵੀ ਜੋ ਦੁਕਾਨ ਬਣਦੀ ਕਿੰਨੀ ਪੁਰਾਣੀ ਦੁਕਾਨ ਨੇ 35-40 ਸਾਲ ਤਾਂ ਇਹ ਮੈਂ ਦੱਸੋ ਕਿ ਇਹ ਜਿਹੜੀ ਖਸਾਂ ਹੋਣੀਆਂ ਇਹ ਖਸ ਆਉਣੇ ਨੇ ਇਸਕੀ ਪੈਡ ਤਾਂ ਇਹ ਅਗਰ ਇਸ ਤੋਂ ਬੜੇ ਸਾਈਜ਼ ਦੀਆਂ ਚਾਹੀਦੀਆਂ ਮੈਂ ਤਾਂ ਠੀਕ ਹੈ ਠੀਕ ਹੈ 4.5 ਲੱਖ ਦੀ ਇੱਕ ਸ਼ੀਟ ਤਾਂ ਮੈਂ ਸਾਰੀਆਂ ਲਾਉਣੀਆਂ ਮੈਂ ਸਾਰੀ ਪੂਰੀ ਸ਼ੀਟ ਇੱਕ ਕੂਲਰ ਨਾਲ ਲੱਗਦੀ ਅੱਛਾ ਇੱਕ ਸ਼ੀਟ ਪੂਰੀ ਲੱਗਣੀ ਹੈ ਠੀਕ ਹੈ ਹਾਂ ਇੱਕ ਕੂਲਰ ਅਗਰ ਇੰਚੀ ਸਵਾ ਇੰਚੀ ਦੀ ਹੋਵੇ ਤਾਂ ਫਿਰ ਉਹ ਤਕਰੀਬਨ 3500 ਰੁਪਏ ਠੀਕ ਹੋਈ ਗਿਆ ਚਲੋ ਮਿਲੀ ਤਾਂ ਜਾਣੀਆਂ ਨਾ ਠੀਕ ਹੋ ਗਿਆ ਫਿਰ ਇਨਸ਼ਾਅੱਲਾ ਸਾਈਜ਼ ਵਗੈਰਾ ਕਰਾਈ ਕੇ ਫਿਰ ਇਨਸ਼ਾਅੱਲਾ ਇਹਦਾ ਕੂਲਰ ਸ਼ੁਰੂ ਜਨਾਬ ਮੌਜੂਦ ਹਨ ਇਹ ਤਾਂ ਕੀ ਸਕਣੇ ਹੋ ਚਲੋ ਮਾਸ਼ਾਅੱਲਾ ਰੰਗ ਬਰੰਗੀ ਚੂਜ਼ੇ ਕਿਆ ਬਾਤ ਹੈ ਓਏ ਬੇਟਾ ਬਾਤ ਸੁਣੋ ਰੰਗ ਲਗਾਇਆ ਹੋਇਆ ਮਾਸ਼ਾਅੱਲਾ ਜੀ ਨਿਕਾ ਸ਼ਰਮਾਈ ਗਿਆ ਇਹ ਤਾਂ ਕੁਝ ਰੰਗ ਬਰੰਗੀ ਚੂਜ਼ੇ ਮਾਸ਼ਾਅੱਲਾ ਰੌਣਕਾਂ ਟੈਂਚੈਂ ਨਹੀਂ ਆ ਇਸ ਲਈ ਜਨਾਬ ਅਸਾਂ ਆਏ ਹਾਂ ਜਨਾਬ ਰਾਵਲ ਪਿੰਡੀ ਦੀਆਂ ਤੱਕੋ ਤੰਗ ਗਲੀਆਂ ਅਸਲ ਬਾਈ ਕਿਆ ਨਾਂ ਇਸ ਏਰੀਆ ਨਾ ਚੱਕਰੀ ਰੋਡ ਲਾਲਾ ਰੁੱਖ ਕਾਲੋਨੀ ਚੱਕਰੀ ਰੋਡ ਆਏ ਹਾਂ ਤਾਂ ਇੱਥੇ ਜਨਾਬ ਮੁਲਾਕਾਤ ਹੈ ਤੱਕਣੇ ਹਾਂ ਥੋੜ੍ਹੀ ਦੇਰ ਤੱਕ ਤਾਂ ਤੱਕੋ ਜੀ ਗਲੀਆਂ ਪਿੰਡੀ ਨਹੀਂ ਆਏ ਤੰਗ ਤੰਗ ਗਲੀਆਂ ਇੱਧਰ ਵੀ ਤਾਂ ਇੱਧਰ ਵੀ ਤੱਕੋ ਜੀ ਕਿਆ ਬਾਤ ਹੈ ਤਾਰਾਂ ਸ਼ਾਰਾਂ ਬਿਜਲੀ ਨਹੀਂ ਆ ਕਿੱਧਰ ਨਹੀਂ ਨਜ਼ਰ ਆ ਰਹੀ ਹਾਂ ਅੱਛਾ ਉਹ ਕਿਸੇ ਨੇ ਰੱਖੀ ਹੋਵੇਗੀ ਚਲੇ ਦੇਖਦੇ ਹਾਂ ਥੋੜ੍ਹੀ ਦੇਰ ਬਾਅਦ ਇਹ ਤੱਕੋ ਨਾਜ਼ਰੀਨ ਕੈਸਾ ਜ਼ਬਰਦਸਤ ਕਿਸਮ ਦਾ ਨਿਜ਼ਾਮ ਹੈ ਉੱਪਰ ਪਰਨਾਲਾ ਆ ਰਿਹਾ ਤਾਂ ਨਾ ਥੱਲਾ ਹੀ ਗੱਟਰ ਗੱਟਰ ਇੱਥੇ ਯਕੀਨ ਕਰੋ ਕਿ ਕੋਈ 40 ਦਾ ਗੱਟਰ ਗੱਲੀ ਵਿੱਚ ਇੱਥੋਂ ਪਾਣੀ ਜਾਣਾ ਜਨਾਹ ਵਿੱਚ ਤਾਂ ਕਿਆ ਕੈਸਾ ਨਿਜ਼ਾਮ ਹੈ ਇਹ ਆਉਣਾ ਤਰੱਕੀ ਯਾਫਤਾ ਕੌਮਾਂ ਦੀ ਨਿਸ਼ਾਨੀ ਇਹ ਯੂਕੇ ਲਿਓ ਤੁਸਾਂ ਤਾਂ ਜ਼ਿਆਦਾ ਸਮਝ ਆਉਣਾ ਉੱਥੇ ਇਸ ਤਰ੍ਹਾਂ ਪਾਣੀ ਅਛਣਾ ਹੋਵੇ ਤਾਂ ਦੱਸਿਆ ਹੈ ਕਿ ਅਛਣਾ ਜਾਂ ਨਹੀਂ ਅਛਣਾ